ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਤੇ ਹੋਸਟ ਉਪਿੰਦਰ ਸਿੰਘ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਫਿਲਮ ਮੇਕਿੰਗ ਉੱਤੇ ਇੱਕ ਨਵੀਂ ਵੀਡੀਓ, ਜਿਹਦਾ ਮੁੱਖ ਵਿਸ਼ਾ ਹੈ ਕਿ ਫਿਲਮ ਕਿਉਂ ਫੇਲ ਹੋ ਜਾਂਦੀ ਹੈ, ਫਿਲਮ ਕਿਉਂ ਥੀਏਟਰ 'ਤੇ ਰਿਲੀਜ਼ ਨਹੀਂ ਹੋ ਸਕਦੀ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਫਿਲਮਾਂ ਬਣਦੀਆਂ ਹਨ, ਹਜ਼ਾਰਾਂ ਹੀ ਫਿਲਮਾਂ ਬਣਦੀਆਂ ਹਨ, ਪਰ ਉਹ ਥੀਏਟਰ ਤੱਕ ਨਹੀਂ ਪਹੁੰਚ ਪਾਉਂਦੀਆਂ। ਉਸਦੇ ਕੀ ਮੁੱਖ ਕਾਰਨ ਹਨ, ਅੱਜ ਮੈਂ ਉਹ ਤੁਹਾਨੂੰ ਦੱਸਣ ਲੱਗਿਆ। ਹੋ ਸਕਦਾ ਹੈ ਕਿ ਇਹ ਮੇਰੀ ਵੀਡੀਓ ਦੇਖ ਕੇ ਬਹੁਤ ਸਾਰੇ ਨਵੇਂ ਡਾਇਰੈਕਟਰ, ਨਵੇਂ ਪ੍ਰੋਡਿਊਸਰ, ਉਹਨਾਂ ਨੂੰ ਕੁਛ ਨੌਲੇਜ ਮਿਲੇ ਜਾਂ ਉਹਨਾਂ ਦੇ ਨੌਲੇਜ ਵਿੱਚ ਥੋੜ੍ਹਾ ਜਿਹਾ ਹੋਰ ਵਾਧਾ ਹੋਵੇ ਕਿ ਅਸੀਂ ਕੀ ਗਲਤੀ ਕੀਤੀ ਕਿ ਸਾਡੀ ਫਿਲਮ ਥੀਏਟਰ ਤੱਕ ਨਹੀਂ ਪਹੁੰਚ ਪਾਈ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੇ ਗੱਲ ਦੱਸਾਂ, ਸਭ ਤੋਂ ਪਹਿਲਾਂ ਇੱਕ ਡਾਇਰੈਕਟਰ ਜਾਂ ਇੱਕ ਪ੍ਰੋਡਿਊਸਰ ਨੂੰ ਸਭ ਤੋਂ ਪਹਿਲਾਂ ਇਹ ਡਿਸਾਈਡ ਕਰਨਾ ਹੁੰਦਾ ਕਿ ਜੋ ਅਸੀਂ ਸਟੋਰੀ ਲੈ ਰਹੇ ਹਾਂ ਉਹ ਕਮਰਸ਼ੀਅਲ ਹੈ ਕਿ ਨੋਨ ਕਮਰਸ਼ੀਅਲ ਹੈ। ਦੇਖੋ, ਅਗਰ ਉਹ ਸਟੋਰੀ ਨੋਨ ਕਮਰਸ਼ੀਅਲ ਹੈ ਤਾਂ ਇਹ ਫਿਲਮ ਕਦੇ ਵੀ ਮੈਨੂੰ ਨਹੀਂ ਲੱਗਦਾ ਕਿ ਥੀਏਟਰਾਂ ਤੱਕ ਪਹੁੰਚ ਪਾਏ। ਠੀਕ ਹੈ ਜੀ, ਅਗਰ ਪਹੁੰਚ ਵੀ ਪਾਏਗੀ ਤਾਂ ਉਹ ਤੁਹਾਡੇ ਪੈਸੇ ਪੂਰੇ ਨਹੀਂ ਕਰ ਪਾਏਗੀ ਅਤੇ ਤੁਸੀਂ ਬਹੁਤ ਹੀ ਵੱਡੇ ਲੋਸ ਵਿੱਚ ਚਲੇ ਜਾਓਗੇ। ਸੋ ਸਭ ਤੋਂ ਪਹਿਲਾਂ ਮੇਰੀ ਗੁਜ਼ਾਰਿਸ਼ ਇਹੀ ਹੈ ਇੱਕ ਪ੍ਰੋਡਿਊਸਰ ਨੂੰ, ਇੱਕ ਡਾਇਰੈਕਟਰ ਨੂੰ, ਸਭ ਤੋਂ ਪਹਿਲਾਂ ਇਹ ਚੀਜ਼ ਉਹ ਜ਼ਰੂਰ ਸਿਲੈਕਟ ਕਰਨ, ਹੈ ਨਾ, ਫਿਲਮ ਸਟੋਰੀ ਜਦ ਵੀ ਉਹ ਸਿਲੈਕਟ ਕਰਨ ਉਹ ਇਹ ਜ਼ਰੂਰ ਵਾਚਣ, ਇਹ ਜ਼ਰੂਰ ਦੇਖਣ ਕਿ ਇਹ ਫਿਲਮ ਕਮਰਸ਼ੀਅਲ ਹੈ ਜਾਂ ਨਹੀਂ, ਇਸਦਾ ਅੰਦਾਜ਼ਾ ਕਿਵੇਂ ਲੱਗੇਗਾ। ਜਦ ਵੀ ਉਹ ਇੱਕ ਸਟੋਰੀ ਚੱਕਣਗੇ ਅਤੇ ਉਹਦੇ ਵਿੱਚ ਜੋ ਵੀ ਉਹਦੇ ਵਿੱਚ ਹੈ ਨਾ, ਜੋ ਵੀ ਭਾਵੇਂ ਉਹ ਸੈਡ ਹੋਵੇ, ਥ੍ਰਿਲਰ ਹੋਵੇ, ਐਕਸ਼ਨ ਹੋਵੇ ਜਾਂ ਪੋਲੀਟੀਕਲ ਡਰਾਮਾ ਹੋਵੇ, ਕੁਛ ਵੀ ਹੋਵੇ, ਉਹਦੇ 'ਚ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਚੈੱਕ ਕਰਨੀ ਕਿ ਇਹਦੇ ਵਿੱਚ ਐਂਟਰਟੇਨਮੈਂਟ ਹੈ ਕਿ ਨਹੀਂ। ਕਿਉਂਕਿ ਦੇਖੋ, ਜੋ ਵੀ ਮੂਵੀ ਲੋਕ ਦੇਖਣ ਜਾ ਰਹੇ ਹਨ, ਹੈ ਨਾ, ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਐਂਟਰਟੇਨ ਕਰਨ ਜਾ ਰਹੇ, ਅਤੇ ਫਿਲਮ ਵਿੱਚ ਮੈਸੇਜ ਹੋਣਾ ਬਹੁਤ ਜ਼ਰੂਰੀ ਹੈ। ਅਗਰ ਕਿਸੇ ਫਿਲਮ 'ਚ ਮੈਸੇਜ ਨਹੀਂ ਹੈ ਤਾਂ ਉਹਦੇ ਚੱਲਣ ਦੇ ਚਾਂਸ ਬਹੁਤ ਹੀ ਘੱਟ ਹੁੰਦੇ। ਚਾਹੇ ਕੋਈ ਵੀ ਕਿਸੇ ਵੀ ਤਰੀਕੇ ਦਾ ਮੈਸੇਜ ਹੋਵੇ, ਉਹਦੇ 'ਚ ਇੱਕ ਮੈਸੇਜ ਜ਼ਰੂਰ ਹੋਣਾ ਚਾਹੀਦਾ, ਪਲੱਸ ਉਹਦੇ 'ਚ ਐਂਟਰਟੇਨਮੈਂਟ ਦੇ ਡੋਜ਼ ਜ਼ਰੂਰ ਹੋਣੀ ਚਾਹੀਦੀ ਹੈ। ਇਹ ਸਭ ਤੋਂ ਪਹਿਲਾਂ ਮਤਲਬ ਬਹੁਤ ਹੀ ਜ਼ਰੂਰੀ ਆਸਪੈਕਟ ਹੈਗਾ। ਅਗਰ ਤੁਹਾਨੂੰ ਕਿਸੇ ਵੀ ਸਟੋਰੀ ਵਿੱਚ ਇਹ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ ਤਾਂ ਮੈਂ ਤੁਹਾਨੂੰ ਜ਼ਰੂਰ ਕਹਾਂਗਾ ਕਿ ਤੁਸੀਂ ਉਹ ਸਕ੍ਰਿਪਟ, ਉਹ ਸਟੋਰੀ ਨਾ ਲਓ, ਤੁਹਾਨੂੰ ਨੁਕਸਾਨ ਹੀ ਹੋਏਗਾ। ਸੋ ਸੈਕਿੰਡ ਨੰਬਰ 'ਤੇ ਆਉਂਦੀ ਹੈ ਸਭ ਤੋਂ ਜ਼ਰੂਰੀ ਚੀਜ਼, ਜਿਸ ਬਿਨਾਂ ਲਾ ਲਓ ਕਿ ਪੱਤਾ ਵੀ ਨਹੀਂ ਹਿੱਲ ਸਕਦਾ ਫਿਲਮ ਦਾ, ਉਹ ਹੈ ਬਜਟ। ਯਾਦ ਰੱਖਿਓ ਦੋਸਤੋ, ਫਿਲਮ ਕਦੇ ਵੀ ਫੇਲ ਨਹੀਂ ਹੁੰਦੀ, ਬਜਟ ਹੀ ਫੇਲ ਹੁੰਦਾ। ਉਹਦੇ ਕਈ ਕਾਰਨ ਹਨ। ਕਈ ਵਾਰ ਅਸੀਂ ਜੋ ਬਜਟ ਬਣਾਇਆ ਹੁੰਦਾ ਹੈ ਉਹ ਇਸ ਤਰੀਕੇ ਨਾਲ ਨਹੀਂ ਬਣਾਇਆ ਹੁੰਦਾ, ਉਹਦੇ ਵਿੱਚ ਮਤਲਬ ਇੱਜੀ ਸੰਭਾਵਨਾ ਨਹੀਂ ਰੱਖੀ ਹੁੰਦੀ, ਉਹ ਬਜਟ ਹੋ ਜਾਂਦਾ ਓਵਰਫਲੋ, ਹੈ ਨਾ, ਅਤੇ ਓਵਰਫਲੋ ਹੋ ਜਾਂਦਾ ਕਈ ਰੀਜ਼ਨਾਂ ਕਰਕੇ ਓਵਰਫਲੋ ਹੋ ਸਕਦਾ ਕਿ ਬਾਰਿਸ਼ ਪੈ ਗਈ ਜਾਂ ਹੈ ਨਾ, ਕਈ ਰੀਜ਼ਨ ਹੋ ਸਕਦੇ ਨੇ, ਸ਼ੂਟ ਡਿਲੇ ਹੋ ਗਿਆ, ਕੋਈ ਡਾਇਰੈਕਟਰ ਚਲਾ ਗਿਆ ਕਿੱਧਰ ਜਾਂ ਕੋਈ ਆਰਟਿਸਟ ਚਲਾ ਗਿਆ ਕਿੱਧਰ, ਸ਼ੂਟ ਲੰਬਾ ਚਲਾ ਗਿਆ ਜਿਹਦੇ ਨਾਲ ਕੋਸਟਿੰਗ ਵੱਧ ਗਈ ਅਤੇ ਬਜਟ ਓਵਰਫਲੋ ਹੋ ਗਿਆ, ਫਿਰ ਅਸੀਂ ਕੁਛ ਬਜਟ ਰੱਖਿਆ ਹੀ ਨਹੀਂ ਹੋਇਆ ਸੀਗਾ ਅਤੇ ਨੈਚੁਰਲ ਹੈ ਫਿਲਮ ਫਲੋਪ ਹੋਣਾ ਤੈਅ ਹੋ ਗਈ। ਇਵੇਂ ਹੁੰਦਾ ਕਿ ਲੋਕ ਫਿਲਮ ਤੱਕ ਤਾਂ ਬਣਾ ਲੈਂਦੇ ਨੇ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਹੁੰਦਾ ਵੀ ਹਾਂ ਅਸੀਂ ਡਿਸਟ੍ਰੀਬਿਊਸ਼ਨ 'ਚ ਵੀ ਪੈਸੇ ਰੱਖਣੇ ਸੀ। ਅਗਰ ਕੋਈ ਥੋੜ੍ਹੇ ਜਿਹੇ ਸਿਆਣੇ ਨਿਕਲਦੇ ਨੇ ਕਿ ਫਿਲਮ ਦਾ ਡਿਸਟ੍ਰੀਬਿਊਸ਼ਨ ਦਾ ਪੈਸਾ ਤਾਂ ਰੱਖ ਲਿਆ ਪਰ ਉਹਨਾਂ ਨੇ ਐਡ ਕੰਪੇਨ ਵਾਸਤੇ ਪੈਸਾ ਨਹੀਂ ਰੱਖਿਆ। ਅਗਰ ਐਡ ਹੀ ਨਹੀਂ ਚੱਲੇਗੀ ਤਾਂ ਲੋਕਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਕੋਈ ਫਿਲਮ ਆਈ ਹੈ। ਸੋ ਦੋਸਤੋ, ਤੁਹਾਡੀ ਫਿਲਮ ਭਾਵੇਂ ਹੀਰਾ ਹੋਵੇ ਉਹ ਤਾਂ ਵੀ ਨਹੀਂ ਚੱਲ ਪਾਉਂਦੀ, ਕਿਉਂਕਿ ਦੇਖੋ ਤੁਹਾਨੂੰ ਸਭ ਨੂੰ ਪਤਾ ਹੀ ਅੱਜ ਕੱਲ੍ਹ ਐਡ ਦਾ ਜ਼ਮਾਨਾ ਹੈ, ਜੋ ਦਿਖਦਾ ਹੈ ਉਹੀ ਵਿਕਦਾ ਹੈ। ਸੋ ਇਹ ਸਾਰੀ ਚੀਜ਼ਾਂ ਦਾ ਬਜਟ ਸਾਨੂੰ ਪਹਿਲਾਂ ਹੀ ਡਿਸਾਈਡ ਕਰਨਾ ਪੈਂਦਾ। ਅਗਰ ਤੁਸੀਂ ਬਜਟ ਵਿੱਚ ਫੇਲ ਹੋ ਗਏ ਤਾਂ ਤੁਸੀਂ ਫਿਲਮ ਨਹੀਂ ਬਣਾ ਸਕਦੇ। ਇਸ ਕਰਕੇ ਬਜਟ 'ਤੇ ਜ਼ਰੂਰ ਮਾਸਟਰ ਕਰਨਾ ਹੈ ਅਤੇ ਹਰ ਉਹ ਟੈਕਨੀਕ ਅਪਣਾਉਣੀ ਹੈ ਜਿਹਦੇ ਨਾਲ ਕਿ ਬਜਟ ਸਾਡਾ ਘੱਟ ਲੱਗੇ। ਫਿਲਮ ਦਾ ਬਜਟ ਦਾ ਸਭ ਤੋਂ ਜ਼ਿਆਦਾ ਜਿਹੜਾ ਖਰਚਾ ਹੈ ਉਹ ਐਕਟਰਸ ਤੋਂ ਬਾਅਦ, ਡਾਇਰੈਕਟਰਸ ਤੋਂ ਬਾਅਦ ਜੋ ਸਭ ਤੋਂ ਜ਼ਿਆਦਾ ਖਰਚਾ ਹੁੰਦਾ ਉਹ ਲੋਕੇਸ਼ਨ ਦਾ ਹੁੰਦਾ। ਕਿਉਂਕਿ ਜਿੰਨੀ ਜ਼ਿਆਦਾ ਤੁਸੀਂ ਲੋਕੇਸ਼ਨ ਚੇਂਜ ਕਰੋਗੇ ਉਨਾ ਹੀ ਜ਼ਿਆਦਾ ਤੁਹਾਡਾ ਖਰਚਾ ਆਏਗਾ ਅਤੇ ਬਜਟ ਓਵਰਫਲੋ ਹੋਣ ਦਾ ਚਾਂਸ ਮੈਕਸੀਮਮ ਹੈ। ਅਗਰ ਤੁਸੀਂ ਐਸੀ ਸਟੋਰੀ ਦੀ ਸਿਲੈਕਸ਼ਨ ਕਰੋਗੇ ਜਿਹਦੇ ਵਿੱਚ ਬਹੁਤ ਹੀ ਘੱਟ 5-7 ਲੋਕੇਸ਼ਨਾਂ, 7-8 ਲੋਕੇਸ਼ਨਾਂ ਵਿੱਚ ਸਾਰੀ ਫਿਲਮ ਸ਼ੂਟ ਹੋ ਜਾਂਦੀ ਹੈ ਅਤੇ ਯਕੀਨ ਮੰਨੋ ਕਿ ਤੁਸੀਂ ਆਪਣੀ ਫਿਲਮ ਬਣਾਓਗੇ ਅਤੇ ਇਹਨੂੰ ਨਿਭਾ ਵੀ ਜਾਓਗੇ। ਸੋ ਮੇਰੀ ਇਹ ਰਾਏ ਤੁਸੀਂ ਜ਼ਰੂਰ ਮੰਨਿਓ। ਇੱਕ ਤਾਂ ਸਕ੍ਰਿਪਟ ਕਮਰਸ਼ੀਅਲ ਜ਼ਰੂਰ ਹੋਣੀ ਚਾਹੀਦੀ ਹੈ, ਉਹਦੇ 'ਚ ਐਂਟਰਟੇਨਮੈਂਟ ਦੀ ਦੋਸਤ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਇੱਕ ਬਜਟ ਤੁਸੀਂ ਹਰ ਸੰਭਵ ਤਰੀਕੇ ਨਾਲ ਹਰ ਇੱਕ ਚੀਜ਼ ਦਾ ਬਜਟ ਰੱਖ ਕੇ ਅਤੇ ਜਿੱਥੇ ਜਿੱਥੇ ਬਜਟ ਤੁਸੀਂ ਘਟਾ ਸਕਦੇ ਹੋ ਆਪਣੇ ਸਿਆਣਪ ਨਾਲ ਉਹਨੂੰ ਜ਼ਰੂਰ ਘਟਾਓ। ਮੈਂ ਗੱਲ ਕਰਦਾ ਹਾਂ ਥਰਡ, ਜੋ ਸਭ ਤੋਂ ਵੱਡੀ ਉਹ ਮਿਸਟੇਕ ਕਰਦੇ ਹਨ ਪ੍ਰੋਡਿਊਸਰ ਜਾਂ ਡਾਇਰੈਕਟਰ, ਉਹ ਕੀ ਹੁੰਦੀ ਹੈ।
ਜਿਹੜੀ ਇਹਨਾਂ ਦੀ ਥਰਡ ਮਿਸਟੇਕ ਹੁੰਦੀ ਹੈ ਉਹ ਹੁੰਦੀ ਹੈ ਸਿਲੈਕਸ਼ਨ ਆਫ ਕਾਸਟ ਕਿ ਹਾਂ ਵੀ ਕਿਹੜਾ ਐਕਟਰ ਉਹਨਾਂ ਨੇ ਲਿਆ ਹੈ। ਕਈ ਵਾਰ ਕੀ ਹੁੰਦਾ ਕਿ ਜਦ ਛੋਟੇ ਬਜਟ ਦੀ ਮੂਵੀ ਬਣਦੀ ਹੈ ਉਹ ਇਵੇਂ ਕਰਦੇ ਹਨ ਕਿ ਹਾਂ ਵੀ ਇੰਨੇ ਲੱਖ ਲਿਆ ਜਿਹੜਾ ਕਿ ਕੋਈ ਇਨਵੈਸਟਮੈਂਟ ਕਰ ਰਿਹਾ ਉਹਨੂੰ ਲੈ ਲੈਂਦੇ ਹਨ ਚਾਹੇ ਉਹਨੂੰ ਐਕਟਿੰਗ ਆਉਂਦੀ ਹੋਵੇ ਜਾਂ ਨਹੀਂ, ਇਵੇਂ ਕਰਦੇ ਹਨ ਅਤੇ ਨੈਚੁਰਲੀ ਫਿਲਮ ਦਾ ਫਲੋਪ ਹੋਣਾ ਤੈਅ ਹੋ ਜਾਂਦਾ ਹੈ। ਕਿਉਂਕਿ ਦੇਖੋ ਜਦ ਵੀ ਕੋਈ ਫਿਲਮ ਪੈਸੇ ਖਰਚ ਕੇ ਦੇਖਣ ਜਾਂਦਾ ਹੈ ਅਗਰ ਤੁਹਾਡੀ ਜਿਹੜੀ ਕਾਸਟ ਤੁਸੀਂ ਕੀਤੀ ਹੋਈ ਹੈ ਅਗਰ ਉਹ ਵੀ ਸਹੀ ਤਰੀਕੇ ਨਾਲ ਉਹਨੂੰ ਨਹੀਂ ਨਿਭਾ ਰਹੀ ਹੈ ਨਾ, ਵਧੀਆ ਰੋਲ ਨਹੀਂ ਕਰ ਰਹੀ, ਵਧੀਆ ਐਕਸ਼ਨ ਨਹੀਂ ਕਰ ਰਹੇ ਤਾਂ ਫਿਲਮ ਨਹੀਂ ਚੱਲਦੀ। ਸੋ ਮੇਰੀ ਇਹ ਜ਼ਰੂਰ ਗੁਜ਼ਾਰਿਸ਼ ਹੈ ਕਿ ਇਸ ਚੀਜ਼ ਉੱਤੇ ਖਾਸ ਕਰਕੇ ਧਿਆਨ ਦਿੱਤਾ ਜਾਵੇ ਕਿ ਜਦ ਕਾਸਟ ਸਿਲੈਕਸ਼ਨ ਹੋਵੇ ਤਾਂ ਕੋਈ ਵੀ ਸਪਾਰਟਸ ਨਾ ਚੱਲੇ ਅਤੇ ਟੈਲੈਂਟਡ ਬੰਦੇ ਤੁਸੀਂ ਅੱਗੇ ਲੈ ਕੇ ਆਓ, ਉਹ ਤੁਹਾਡੀ ਮਰੀ ਹੋਈ ਫਿਲਮ 'ਤੇ ਵੀ ਹੈ ਨਾ ਮਰੀ ਹੋਈ ਸਕ੍ਰਿਪਟ 'ਤੇ ਵੀ ਜਾਨ ਪਾ ਸਕਦੇ ਹਨ। ਪੂਰੀ ਪੂਰੀ ਉਮੀਦ ਹੈ ਅਗਰ ਉਹ ਬਹੁਤ ਹੀ ਵਧੀਆ ਆਰਟਿਸਟ ਹੈ ਤਾਂ ਉਸਨੂੰ ਉਹਦੇ ਵਿੱਚੋਂ ਜਾਨ ਪਾ ਸਕਦਾ ਹੈ। ਸੋ ਉਸ ਤੋਂ ਬਾਅਦ ਜੋ ਮੈਂ ਸਮਝ ਪਾਉਂਦਾ ਹਾਂ ਕਿ ਹੋਰ ਸਭ ਤੋਂ ਵੱਡੀ ਜਿਹੜੀ ਚੌਥੀ ਜਿਹੜੀ ਮਿਸਟੇਕ ਹੁੰਦੀ ਹੈ ਉਹ ਕੈਮਰਾ ਐਂਡ ਅਸੈਸਰੀ ਦੀ ਹੁੰਦੀ ਹੈ। ਲੋਕ ਕਈ ਵਾਰ ਐਸੇ ਕੈਮਰੇ ਨਾਲ ਸ਼ੂਟ ਕਰਨ ਲੱਗ ਜਾਂਦੇ ਹਨ ਜਿਨ੍ਹਾਂ ਦੀ ਡਾਇਨਾਮਿਕ ਰੇਂਜ ਬਹੁਤ ਹੀ ਘੱਟ ਹੁੰਦੀ ਹੈ, ਲੋ ਲਾਈਟ ਵੀ ਵਿੱਚ ਉਹ ਵਧੀਆ ਨਹੀਂ ਚੱਲਦੇ। ਸੋ ਅਗਰ ਐਸੇ ਕੈਮਰੇ ਦੀ ਸਿਲੈਕਸ਼ਨ ਤੁਸੀਂ ਕਰਦੇ ਹੋ ਤਾਂ ਤੁਸੀਂ ਫਿਲਮ ਵਧੀਆ ਨਹੀਂ ਬਣਾ ਸਕਦੇ। ਕਿਉਂਕਿ ਤੁਹਾਨੂੰ ਵੀ ਪਤਾ ਹੀ ਹੈ ਜਦ ਫਿਲਮ ਥੀਏਟਰ 'ਤੇ ਦੇਖੀ ਜਾਂਦੀ ਹੈ ਤਾਂ ਉਹਦੇ ਵਿੱਚ ਇੱਕ ਡਾਇਨਾਮਿਕ ਰੇਂਜ ਅਗਰ ਬਹੁਤ ਵਧੀਆ ਹੋਏਗੀ ਤਾਂ ਆਪਾਂ ਨੂੰ ਵਧੀਆ ਵਧੀਆ ਲੱਗੇਗੀ, ਬੈਕਗਰਾਉਂਡ ਮਿਊਜ਼ਿਕ ਅਗਰ ਉਹਦਾ ਬਹੁਤ ਵਧੀਆ ਹੋਏਗਾ ਤਾਂ ਉਹ ਲੋਕਾਂ ਨੂੰ ਬੰਨ ਕੇ ਰੱਖਣ ਵਿੱਚ ਬਹੁਤ ਹੀ ਜ਼ਰੂਰੀ ਹੁੰਦਾ ਹੈ। ਸੋ ਉਸ ਤੋਂ ਬਾਅਦ ਆਪਾਂ ਇਹ ਕਹਿ ਸਕਦੇ ਹਾਂ ਕਿ ਜਦ ਇਹ ਸਾਰੀ ਚੀਜ਼ਾਂ ਹੋ ਜਾਂਦੀਆਂ ਨੇ ਅਤੇ ਡਾਇਰੈਕਟਰ ਨੇ ਇਹ ਵੀ ਖਿਆਲ ਰੱਖਣਾ ਹੁੰਦਾ ਕਿ ਫਿਲਮ ਜਦ ਕਲਾਈਮੈਕਸ 'ਤੇ ਪਹੁੰਚੇ ਯਾਨੀ ਕਿ ਇੰਟਰਵਲ 'ਤੇ ਪਹੁੰਚੇ ਅਤੇ ਉਸਨੂੰ ਇਹੋ ਜਿਹੀ ਚੀਜ਼ ਨਾਲ ਭਰਿਆ ਜਾਣਾ ਚਾਹੀਦਾ ਹੈ ਕਲਾਈਮੈਕਸ ਨੂੰ ਕਿ ਲੋਕਾਂ ਨੂੰ ਇੰਨਾ ਇੰਟਰਸਟ ਬਣ ਜਾਏ ਕਿ ਯਾਰ ਹੁਣ ਕੀ ਹੋਏਗਾ, ਚਲੋ ਯਾਰ ਨੈਕਸਟ ਪਾਰਟ ਤਾਂ ਦੇਖਣਾ ਹੀ ਪਏਗਾ। ਅਤੇ ਲੋਕਾਂ ਨੂੰ ਬੰਨ ਕੇ ਰੱਖਣ ਵਿੱਚ ਕਾਮਯਾਬ ਹੋਣੀ ਚਾਹੀਦੀ ਸਟੋਰੀ, ਐਸੀ ਸਟੋਰੀ ਹੋਣੀ ਚਾਹੀਦੀ ਹੈ। ਅਤੇ ਉਸ ਤੋਂ ਬਾਅਦ ਬਹੁਤ ਵੱਡੇ ਕਾਰਨ ਹੋਰ ਵੀ ਹੋ ਜਾਂਦੇ ਹਨ ਜਿਹੜੇ ਆਪਣੇ ਹੱਥ ਵਿੱਚ ਨਹੀਂ ਹੁੰਦੇ ਕਿ ਕਈ ਵਾਰ ਅਸੀਂ ਫਿਲਮ ਤਾਂ ਬਹੁਤ ਅੱਛੀ ਬਣਾਉਂਦੇ ਹਾਂ ਪਰ ਸਾਨੂੰ ਕੋਈ ਡਿਸਟ੍ਰੀਬਿਊਟਰ ਨਹੀਂ ਮਿਲ ਪਾਉਂਦਾ। ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਤਾਂ ਵੱਡੀਆਂ ਫਿਲਮਾਂ ਹੁੰਦੀਆਂ ਨੇ ਉਹਨਾਂ ਨੂੰ ਬਹੁਤ ਹੀ ਆਸਾਨੀ ਨਾਲ ਡਿਸਟ੍ਰੀਬਿਊਟਰ ਮਿਲ ਜਾਂਦੇ ਹਨ, ਪਰ ਜੋ ਛੋਟੀ ਫਿਲਮਾਂ ਹੁੰਦੀਆਂ ਉਹਦੇ 'ਤੇ ਬਹੁਤ ਹੀ ਮੁਸ਼ਕਲ ਆ ਜਾਂਦੀ ਕਿ ਸਾਨੂੰ ਕੋਈ ਡਿਸਟ੍ਰੀਬਿਊਟਰ ਮਿਲੇ। ਇਹ ਇੱਕ ਬਹੁਤ ਹੀ ਵੱਡਾ ਅਤੇ ਮੇਜਰ ਕੌਜ਼ ਹੁੰਦਾ ਕਿ ਫਿਲਮ ਸਾਡੀਆਂ ਥੀਏਟਰ 'ਤੇ ਨਹੀਂ ਰਿਲੀਜ਼ ਹੋ ਪਾਉਂਦੀਆਂ ਕਿਉਂਕਿ ਸਾਨੂੰ ਇੰਨਾ ਵੱਡਾ ਕੋਈ ਡਿਸਟ੍ਰੀਬਿਊਟਰ ਨਹੀਂ ਮਿਲਦਾ। ਕਿਉਂਕਿ ਦੇਖੋ ਡਿਸਟ੍ਰੀਬਿਊਟਰ ਨੇ ਵੀ ਇਹ ਦੇਖਣਾ ਹੁੰਦਾ ਕਿ ਇਹ ਜੋ ਮੈਂ ਇਸ ਫਿਲਮ 'ਤੇ ਪੈਸੇ ਲਾ ਰਿਹਾ ਕਿ ਇਹ ਮੈਨੂੰ ਕੋਸਟਿੰਗ ਦੇਗੀ, ਮੇਰੀ ਕੋਸਟਿੰਗ ਕੱਢ ਪਾਏਗੀ ਕਿ ਨਹੀਂ, ਇਸ ਕਰਕੇ ਹਜ਼ਾਰਾਂ ਹੀ ਫਿਲਮਾਂ ਰਹਿ ਜਾਂਦੀਆਂ ਹਨ। ਸੋ ਇਸਦਾ ਇੱਕੋ ਇੱਕ ਇਹ ਹੱਲ ਹੈ ਕਿ ਆਪਾਂ ਇਸਨੂੰ ਓ ਟੀ ਟੀ 'ਤੇ ਰਿਲੀਜ਼ ਕਰ ਸਕਦੇ ਹਾਂ। ਲਗਭਗ 40 ਦੇ ਕਰੀਬ ਓ ਟੀ ਟੀ ਪਲੇਟਫਾਰਮ ਇੰਡੀਆ ਵਿੱਚ ਆ ਚੁੱਕੇ ਹਨ, ਸੋ ਇਹਦੇ 'ਤੇ ਆਪਾਂ ਰਿਲੀਜ਼ ਕਰ ਸਕਦੇ ਹਾਂ। ਇਸ ਤੋਂ ਇਲਾਵਾ ਯੂਟਿਊਬ ਤਾਂ ਹੈ ਹੀ ਹੈ ਪਰ ਆਪਣੀ ਯੂਟਿਊਬ ਤੋਂ ਕੋਸਟਿੰਗ ਨਹੀਂ ਨਿਕਲ ਸਕਦੀ। ਸੋ ਆਪਾਂ ਨੂੰ ਹਰ ਇੱਕ ਤਰੀਕੇ ਨਾਲ, ਮੈਂ ਤੁਹਾਨੂੰ ਦੱਸਿਆ ਸੀ ਕਿ ਬਜਟ ਹੀ ਇਸ ਤਰੀਕੇ ਦਾ ਬਣਾਇਆ ਜਾਵੇ ਕਿ ਘੱਟੋ ਘੱਟ ਆਪਾਂ ਜਦ ਵੀ ਮੂਵੀ ਕੋਈ ਵੀ ਬਣਾਈਏ ਅਗਰ ਸਾਨੂੰ ਕੋਈ ਡਿਸਟ੍ਰੀਬਿਊਟਰ ਨਾ ਮਿਲਿਆ ਤਾਂ ਘੱਟੋ ਘੱਟ 100 ਥੀਏਟਰ 200 ਥੀਏਟਰ ਦਾ ਪ੍ਰੋਵੀਜ਼ਨ ਬਜਟ ਵਿੱਚ ਹੀ ਕੀਤਾ ਜਾਏ। ਇਹ ਮੇਰੀ ਸਾਰਿਆਂ ਨੂੰ ਜ਼ਰੂਰ ਸਲਾਹ ਹੋਏਗੀ ਕਿ ਫਰਜ਼ ਕਰ ਲਓ ਕਿ ਅਗਰ ਆਪਾਂ 2 ਕਰੋੜ ਦਾ ਬਜਟ ਰੱਖਿਆ ਫਿਲਮ ਬਣਾਉਣ ਦਾ ਤਾਂ ਘੱਟੋ ਘੱਟ ਮੇਰੇ ਹਿਸਾਬ ਨਾਲ 1 ਕਰੋੜ ਰੁਪਇਆ ਸਾਨੂੰ ਇਕੱਲੇ ਡਿਸਟ੍ਰੀਬਿਊਸ਼ਨ ਦਾ ਰੱਖਣਾ ਚਾਹੀਦਾ ਅਤੇ 1.5 ਕਰੋੜ ਰੁਪਇਆ ਸਾਨੂੰ ਜੋ ਹੈ ਐਡ 'ਤੇ ਰੱਖਣਾ ਚਾਹੀਦਾ, ਯਾਨੀ ਕਿ 4.5 ਤੋਂ 5 ਕਰੋੜ ਦੀ ਮੂਵੀ ਅਸੀਂ ਬਣਾ ਸਕਦੇ ਹਾਂ। ਇੱਕ ਲੋ ਬਜਟ ਮੂਵੀ ਹੀ ਕਹਿਲਾਏਗੀ ਕਿਉਂਕਿ ਦੇਖੋ ਰੀਜਨਲ ਮੂਵੀ ਵਿੱਚ ਹੋਰ ਚੀਜ਼ ਹੁੰਦੀ ਹੈ ਪਰ ਮੈਂ ਇਹ ਇੰਡੀਅਨ ਲੈਵਲ 'ਤੇ ਗੱਲ ਕਰ ਰਹੀ ਹਾਂ ਕਿ ਜੇ ਬੰਦੇ ਨੇ ਇੰਡੀਅਨ ਲੈਵਲ 'ਤੇ ਕਰਨੀ ਹੋਵੇ ਅਗਰ ਆਪਾਂ 1 ਕਰੋੜ ਰੁਪਇਆ ਡਿਸਟ੍ਰੀਬਿਊਸ਼ਨ ਦਾ ਰੱਖਦੇ ਹਾਂ ਤਾਂ ਮੇਰੇ ਹਿਸਾਬ ਨਾਲ ਘੱਟੋ ਘੱਟ 500 ਤੋਂ ਲੈ ਕੇ 800 ਸਕਰੀਨਾਂ ਆਪਾਂ ਲੈ ਸਕਦੇ ਹਾਂ। ਸੋ ਅਗਰ ਆਪਾਂ 1.5 ਕਰੋੜ ਦੀ ਐਡ ਚਲਾਵਾਂਗੇ ਅਤੇ ਤੁਹਾਡੇ ਕੰਟੈਂਟ 'ਚ ਦਮ ਹੋਏਗਾ ਤਾਂ ਹੋ ਸਕਦਾ ਹੈ ਫਿਲਮ ਚੱਲ ਜਾਵੇ ਅਤੇ ਤੁਹਾਡੀ ਸਾਰੀ ਕੋਸਟਿੰਗ ਵੀ ਨਿਕਲ ਜਾਏ। ਇਸਦੇ ਨਾਲ ਹੋਰ ਵੀ ਬਹੁਤ ਟਿਪਸ ਨੇ ਕਿ ਆਪਾਂ ਇਸਨੂੰ ਫਿਲਮ ਨੂੰ ਹੋਰ ਕਿਵੇਂ ਚਲਾ ਸਕਦੇ ਹਾਂ ਉਹ ਮੈਂ ਆਪਣੀ ਨੈਕਸਟ ਵੀਡੀਓ 'ਤੇ ਤੁਹਾਨੂੰ ਸ਼ੇਅਰ ਕਰਾਂਗਾ। ਸੋ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਮੈਨੂੰ ਜ਼ਰੂਰ ਦੱਸਿਓ ਅਤੇ ਤੁਹਾਨੂੰ ਵੀਡੀਓ ਅਗਰ ਚੰਗੀ ਲੱਗੀ ਇਸਨੂੰ ਸ਼ੇਅਰ ਕਰਨਾ ਨਾ ਭੁੱਲਿਓ, ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਅਤੇ ਮੈਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਡੇ ਚੈਨਲ ਨੂੰ। ਸੋ ਨੈਕਸਟ ਵੀਡੀਓ 'ਤੇ ਮਿਲਦੇ ਹਾਂ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰ।